ਕਰ ਦੇ ਜੇਲ੍ਹ ਦੇ ਬਾਹਰ ਬੈਠੀਆਂ ਇਹ ਦੋ ਭੈਣਾਂ ਅੱਖਾਂ 'ਚ ਪਾਣੀ, ਦਿਲ 'ਚ ਦਰਦ ਤੇ ਆਪਣੇ ਪਿਤਾ ਦੀ ਉਡੀਕ ਜੋ ਕਿ ਹੁਣ ਵਾਪਸ ਨਹੀਂ ਆਉਣ ਵਾਲਾ। ਦੱਸ ਦੇ ਕਿ ਜੇਲ੍ਹ ਦੇ ਵਿੱਚ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਦੋਨਾਂ ਭੈਣਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਮਿਲੀ ਜਾਣਕਾਰੀ ਅਨੁਸਾਰ ਮਾਮਲਾ ਕੋਟਕਪੁਰਾ ਜੇਲ੍ਹ ਦਾ, ਜਿੱਥੇ ਪੁਲਿਸ ਵਿਭਾਗ ਅਤੇ ਹੋਰ ਸਰਕਾਰੀ ਨੌਕਰੀਆਂ ਦਿਵਾਉਣ ਦੇ ਨਾਮ ਤੇ ਠੱਗੀ ਮਾਰਨ ਵਾਲੇ ਗਿਰੋਹ ਨੂੰ ਪੁਲਿਸ ਨੇ ਕਾਬੂ ਕੀਤਾ ਸੀ। ਇਸ ਠੱਗੀ ਦੇ ਮਾਸਟਰ ਮਾਈਂਡ ਦੀ ਜੇਲ੍ਹ ਦੇ ਵਿੱਚ ਮੌਤ ਹੋ ਗਈ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪਰਿਵਾਰ ਨੂੰ ਦਿੱਤੀ ਗਈ ਤੇ ਹੁਣ ਉਸ ਦੀਆਂ ਧੀਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੁਲਿਸ ਹੁਣ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਰਹੀ ਹੈ, ਜਿਸ ਤੋਂ ਬਾਅਦ ਮੌਤ ਦਾ ਅਸਲੀ ਕਾਰਨ ਪਤਾ ਲੱਗੇਗਾ। ਦੱਸ ਦਈਏ ਕਿ 16 ਦਸੰਬਰ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਇਸ ਗਿਰੋਹ ਦਾ ਪਰਦਾ ਫਾਸ਼ ਕੀਤਾ ਗਿਆ ਸੀ, ਜਿਸ ਦੇ ਵਿੱਚ ਮੁੱਖ ਮੁਲਜ਼ਮ ਜਗਪਾਲ ਸਿੰਘ ਤੇ ਉਸਦੀ ਪਤਨੀ ਸਹਿਤ ਪੁਲਿਸ ਨੇ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਜਗਪਾਲ ਸਿੰਘ ਇਹਨਾਂ ਦਿਨਾਂ ਜੁਡੀਸ਼ੀਅਲ ਰਿਮਾਂਡ ਤੇ ਸੀ ਤੇ ਐਤਵਾਰ ਨੂੰ ਜੇਲ੍ਹ ਦੇ ਵਿੱਚ ਉਸਦੀ ਸਿਹਤ ਵਿਗੜ ਜਾਂਦੀ ਹੈ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉੱਥੇ ਜਾ ਕੇ ਉਸਦੀ ਮੌਤ ਹੋ ਜਾਂਦੀ ਹੈ। ਮ੍ਰਿਤਕ ਜਗਪਾਲ ਸਿੰਘ ਦਾ ਪੁਲਿਸ ਵੱਲੋਂ ਹੁਣ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਇਸ ਸੰਬੰਧੀ DSP ਆਸਵੰਤ ਸਿੰਘ ਨੇ ਦੱਸਿਆ ਕਿ ਹਵਾਲਾਤੀ ਜਗਪਾਲ ਸਿੰਘ 20 ਦਸੰਬਰ ਨੂੰ ਜੇਲ੍ਹ ਦੇ ਵਿੱਚ ਆਇਆ ਸੀ ਤੇ 24 ਦਸੰਬਰ ਨੂੰ ਅਚਾਨਕ ਉਸਦੀ ਤਬੀਅਤ ਖਰਾਬ ਹੋ ਜਾਂਦੀ ਹੈ। ਜੇਲ੍ਹ ਦੇ ਡਾਕਟਰਾਂ ਵੱਲੋਂ ਉਸਦਾ ਚੈੱਕਅਪ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਉਸਦਾ BP ਲਗਾਤਾਰ ਘੱਟ ਰਿਹਾ ਸੀ ਤੇ ਹਾਲਾਤ ਵਿਗੜਦੇ ਦੇਖ ਕੇ ਉਸਨੂੰ ਤੁਰੰਤ ਹਸਪਤਾਲ ਭੇਜ ਦਿੱਤਾ ਗਿਆ, ਪਰੰਤੂ ਉੱਥੇ ਜਾ ਕੇ ਉਸਦੀ ਮੌਤ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਮੌਤ ਦਾ ਸਹੀ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਇਹਨਾਂ ਦਾ ਜਿਹੜਾ ਪਰਚਾ ਹੋਇਆ ਸੀਗਾ ਉਹ ਇਹਨਾਂ ਦੇ 4 ਸੂਬੇ ਦਾ ਹੋਇਆ ਸੀਗਾ ਤੇ ਇਹ ਸ਼ਾਇਦ 20 ਤਰੀਕ ਨੂੰ ਅੰਦਰ ਗਿਆ ਪਿਆ ਜੇਲ੍ਹ ਦੇ ਵਿੱਚ ਮੁੰਡਾ ਜਗਪਾਲ ਤੇ ਕੱਲ੍ਹ ਸਾਨੂੰ ਸ਼ਾਮ ਨੂੰ ਮੇਰਾ ਖਿਆਲ ਲਗਭਗ 3:30 ਵਜੇ ਪਤਾ ਲੱਗਾ। ਪੰਚਾਰ ਸਾਹਿਬ ਨੇ ਫੋਨ ਕੀਤਾ, ਸੁਪਰਡੈਂਟ ਸਾਹਿਬ ਨੇ ਮੈਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਕਰਕੇ ਯਾਰ ਮਾੜੀ ਘਟਨਾ ਹੋ ਗਈ ਤੇ ਅਸੀਂ ਹੋਸਪਿਟਲ ਲੈ ਕੇ ਗਏ ਸੀਗੇ ਤੇ ਉੱਥੇ ਇਸ ਬੰਦੇ ਨੂੰ ਅਟੈਕ ਵਗੈਰਾ ਜਾਂ ਹੋ ਗਿਆ ਜਾਂ ਕੋਈ ਘਟਨਾ ਵਾਪਰ ਗਈ ਸੀ ਤੇ ਤੁਸੀਂ ਕੱਲ੍ਹ ਨੂੰ ਆਓ ਅਤੇ ਆ ਕੇ ਦੇਖ ਲਓ ਕੀ ਹੈ ਅਤੇ ਅਸੀਂ ਇੱਥੇ ਆਏ ਸੀ ਅਤੇ ਹੁਣ ਇੱਥੇ ਪੋਸਟਮਾਰਟਮ ਕਰਵਾ ਕੇ ਅਤੇ ਪੁੱਛਿਆ ਸਾਨੂੰ ਵੀ ਕਿਸੇ 'ਤੇ ਸ਼ੱਕ ਸ਼ੁਬਾ ਜਾਂ ਕੁਛ ਵੀ, ਸਾਨੂੰ ਤਾਂ ਹਜੇ ਤੱਕ ਕੋਈ ਸ਼ੱਕ ਸ਼ੁਬਾ ਹੈ ਨਹੀਂ ਗਾ, ਉਹੀ ਇਹਨਾਂ ਦੇ ਪਰਿਵਾਰ ਨੇ ਗੱਲ ਕਹੀ ਉਹੀ ਆਪਾਂ ਕਹਤੀ, ਜੇ ਕੋਈ ਹੁੰਦਾ ਤਾਂ ਸਾਨੂੰ ਅਸੀਂ ਨਾ ਲੈਂਦੇ ਤੇ ਜਿੱਦਾਂ ਪਰਿਵਾਰ ਮੈਂਬਰ ਤਾਂ ਇਹੀ ਚਾਹੁੰਦੇ ਵੀ ਬੱਚੇ ਛੋਟੇ ਆ, ਪਹਿਲਾਂ ਵਾਲੀ ਮਾਂ ਵੀ ਇਹਨਾਂ ਦੀ ਮਰ ਗਈ ਸੀ ਅਤੇ ਇਹਦੀ ਵੀ ਮੌਤ ਹੋ ਗਈ ਆ, ਵੀ ਜੇ ਕੋਈ ਸਰਕਾਰ ਇਹਨਾਂ ਦਾ ਕੋਈ ਮਾੜਾ ਮੋਟਾ ਜੇ ਕੋਈ ਹੱਲ ਕਰ ਸਕਦੀ ਤਾਂ ਸਹਾਇਤਾ ਵੱਲੋਂ ਅਸੀਂ ਮੰਗ ਕਰਦੇ ਵੀ ਇਹਨਾਂ ਵਿਚਾਰਿਆਂ ਦਾ ਗਰੀਬ ਬੱਚੀਆਂ ਛੋਟੀਆਂ ਜੇ ਕੋਈ। ਕੇਂਦਰੀ ਜੇਲ੍ਹ ਫਰੀਦਕੋਟ ਤੋਂ ਇੱਕ ਪੱਤਰ ਮਸੂਲ ਹੋਇਆ ਸੀਗਾ ਕਿ ਜਗਪਾਲ ਸਿੰਘ ਪੁੱਤਰ ਬਾਬੂ ਰਾਮ ਜੋ ਥਾਣਾ ਵਾਸੀ 5 ਗ੍ਰਾਈ ਜੋ ਥਾਣਾ ਸਦਰ ਕੋਟਕਪੂਰਾ ਦੇ ਮੁਕੱਦਮਾ ਨੰਬਰ 184 ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਆ, ਉਦੋਂ ਇੱਕਦਮ ਬਲੱਡ ਪ੍ਰੈਸ਼ਰ ਦੀ ਕੋਈ ਪ੍ਰੋਬਲਮ ਆਈ, ਉਹਦਾ ਬਲੱਡ ਪ੍ਰੈਸ਼ਰ ਅਨਸਟੇਬਲ ਹੋ ਗਿਆ ਅਤੇ ਜਿਹਦੇ ਕਰਕੇ ਉਹਨੂੰ ਇਮੀਡੀਏਟਲੀ ਪਹਿਲਾਂ ਜੇਲ੍ਹ ਹੋਸਪਿਟਲ ਅਤੇ ਉਸ ਤੋਂ ਬਾਅਦ ਮੈਡੀਕਲ ਕਾਲਜ ਲੈ ਕੇ ਆਏ ਜਿੱਥੇ ਉਹਦੀ ਮੌਤ ਹੋ ਗਈ ਹੈ। ਸੋ ਇਹ ਇਨਫੋਰਮੇਸ਼ਨ ਸਾਨੂੰ ਜੇਲ੍ਹ ਫਰੀਦਕੋਟ ਤੋਂ ਮਿਲੀ ਸੀ, ਜਿਹਦੇ 'ਤੇ ਅਸੀਂ ਜੋ ਬੰਦੀ ਕਾਰਵਾਈ ਹੈ 176 ਦੇ ਅਧੀਨ ਉਹ ਕੀਤੀ ਜਾ ਰਹੀ ਹੈ। ਸਰ ਕਿੰਨੇ ਕੁ ਦਿਨ ਹੋ ਗਏ ਸੀ ਮਤਲਬ ਜੇਲ੍ਹ 'ਚ ਹਵਾਲਾਤ ਹੋਣਗੇ? ਇਹ ਜੀ ਰਿਕਾਰਡ ਮੁਤਾਬਕ ਇਹ ਲਗਭਗ 20 ਤਰੀਕ ਨੂੰ ਜੇਲ੍ਹ ਦੇ ਵਿੱਚ ਗਏ ਸੀ ਅਤੇ 23 ਤਰੀਕ ਨੂੰ ਇਹਨਾਂ ਨੂੰ ਇਹ ਪ੍ਰੋਬਲਮ ਆਈ।